ਆਸ਼ਿਕ ਜੱਟ ਆਖਦਾ ਜੀ ਕਿ ਮੈਂ ਅਰਸਾ ਦਰਾਜ ਤੋਂ ਲੋਕ ਦਾਸਤਾਨ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਦਾ ਆਉਣਾ। ਤੁਸੀਂ ਮੇਰੀ ਆਵਾਜ਼ 'ਚ ਹੀਰ ਰਾਂਝਾ ਵੀ ਸੁਣਿਆ, ਸੋਹਣੀ ਮਹੀਵਾਲ ਵੀ ਸੁਣਿਆ, ਮਲਕੀ ਕੀਮਾ ਵੀ ਸੁਣਿਆ, ਹੋਰ ਹਜ਼ਾਰਾਂ ਕਿੱਸੇ। ਇਹਨਾਂ ਤੋਂ ਵੱਧ ਕੇ ਦਾਸਤਾਨ ਮੈਂ ਬੜੀ ਵੱਡੀ ਤੋਂ ਵੱਡੀ ਜਨਾਬ ਹੁਸੈਨ ਪਾਕ ਦੀ ਸ਼ਾਨ ਦੇ ਵਿੱਚ ਵੀ ਲੰਮੇ ਚੌੜੇ ਮਜ਼ਮੂਨ ਤੁਸੀਂ ਮੇਰੇ ਰਿਕਾਰਡ ਹੋਏ ਸੁਣਦੇ ਰਹਿੰਦੇ ਹੋ। ਹੁਣ ਮੈਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਫੀਚਰ ਪ੍ਰੋਗਰਾਮ ਪੇਸ਼ ਕਰ ਰਿਹਾ ਜਿਹਦਾ ਨਾਂ ਹੈ ਦੁੱਲਾ ਭੱਟੀ। ਇਹ ਇੱਕ ਮਿਊਜ਼ੀਕਲ ਫੀਚਰ ਹੈ ਜਿਹਦੇ ਵਿੱਚ ਨਾਲੋ ਨਾਲ ਗੱਲ ਚੱਲਦੀ ਹੈ, ਨਾਲੇ ਨਾਲ ਹੀ ਕੜਾ ਚੱਲਦਾ। ਇਹ ਮੈਂ ਆਪ ਲਿਖਿਆ ਜੇ, ਆਵਾਜ਼ ਵੀ ਮੇਰੀ ਜੇ, ਅਤੇ ਸਾਰੀ ਤਰਤੀਬ ਵੀ ਮੈਂ ਦਿੱਤੀ ਹੋਈ ਜੇ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਦੁੱਲਾ ਭੱਟੀ ਦੇਸ਼ ਪੰਜਾਬ ਦੀ ਇੱਕ ਮਸ਼ਹੂਰ ਅਤੇ ਮਕਬੂਲ ਦਾਸਤਾਨ ਹੈ। ਦੁੱਲੇ ਭੱਟੀ ਦੀ ਸ਼ਾਹਜ਼ੋਰੀ ਬਹਾਦਰੀ ਦੀਆਂ ਕਹਾਣੀਆਂ ਕਈ ਸੌ ਸਾਲ ਤੋਂ ਪੰਜਾਬ ਦੇ ਚੱਪੇ ਚੱਪੇ 'ਤੇ ਦੁਹਰਾਈਆਂ ਜਾਂਦੀਆਂ ਨੇ। ਅਮੂਮਨ ਥੀਏਟਰਾਂ ਵਿੱਚ ਦੁੱਲੇ ਭੱਟੀ ਦੀ ਨਾਂ 'ਤੇ ਡਰਾਮਾ ਚੱਲਦਾ। ਕਲਾਲ ਲੋਕ ਇਹਦੀ ਵਾਰ ਕਹਿੰਦੇ ਨੇ, ਕਿੰਗਾਂ ਵਾਲੇ ਅਤੇ ਚਿਮਟਿਆਂ ਵਾਲੇ ਦੁੱਲੇ ਭੱਟੀ ਦੀ ਵਾਰ ਪੜ੍ਹਦੇ ਨੇ, ਰਾਸਧਾਰੀਏ ਵੀ ਡਰਾਮੇ ਦੀ ਸ਼ਕਲ 'ਚ ਖਾੜਾ ਲਾ ਕੇ ਦੁੱਲੇ ਭੱਟੀ ਦੀ ਵਾਰ ਸੁਣਾਉਂਦੇ ਨੇ। ਹੱਤਾ ਕਿ ਮਦਾਰੀਆਂ ਲੋਕਾਂ ਤੱਕ ਵੀ, ਜਿਸਲੇ ਮਦਾਰੀਆਂ ਨੇ ਵੀ ਖਾੜਾ ਲਾਇਆ ਹੁੰਦਾ ਤਾਂ ਬੱਚੇ ਜਮੂਰੇ ਨੂੰ ਵੀ ਜਾਂਦੇ ਨੇ, ਬੱਚਾ ਜਮੂਰਾ, ਤੂੰ ਬੱਚਾ ਜਮੂਰਾ ਕਿ ਦੁੱਲਾ ਭੱਟੀ ਹੈ। ਇਸ ਵਾਸਤੇ ਕਿ ਉਹ ਇੱਕ ਇਹੋ ਜਿਹਾ ਸੂਰਮਾ ਸੀ ਕਿ ਜਿਹੜਾ ਕਦੀ ਵੀ ਨਹੀਂ ਸਾਨੂੰ ਭੁੱਲ ਸਕਦਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਬੱਚੇ ਕਹਾਣੀਆਂ ਸੁਣਨ ਜਾਂ ਯਾਦ ਰੱਖਣ ਦੇ ਕਾਬਲ ਹੋ ਜਾਂਦੇ ਨੇ ਅਤੇ ਮਾਵਾਂ ਆਪਣਿਆਂ ਬੱਚਿਆਂ ਨੂੰ ਬੜੇ ਫਖਰ ਨਾਲ ਦੁੱਲੇ ਭੱਟੀ ਦੀ ਕਹਾਣੀ ਸੁਣਾਉਂਦੀਆਂ ਨੇ। ਕਿਉਂਕਿ ਦੁੱਲਾ ਭੱਟੀ ਇੱਕ ਚੰਦਰਬੰਸੀ ਰਾਜਪੂਤ, ਗੈਰਤਮੰਦ, ਗਰੀਬ ਦਾ ਹਾਮੀ, ਨਾ ਡਰ, ਸਖੀ, ਸੂਰਮਾ ਅਤੇ ਦਲੇਰ ਸੀ। ਸੱਚ ਪੁੱਛੋ ਤਾਂ ਦੁੱਲਾ ਭੱਟੀ ਸਾਂਦਲਬਾਰ ਦਾ ਸ਼ੇਰ ਸੀ। ਸਾਂਦਲਬਾਰ ਦੁੱਲੇ ਭੱਟੀ ਦੇ ਦਾਦੇ ਸਾਂਦਲ ਭੱਟੀ ਦੇ ਨਾਂ ਤੋਂ ਮਸ਼ਹੂਰ ਹੈ। ਸਾਂਦਲ ਭੱਟੀ ਵੀ ਇੱਕ ਗੈਰਤਮੰਦ ਨੌਜਵਾਨ ਸੀ, ਸਹਿਬਿਮਾਨ ਸੀ, ਉਹਨੂੰ ਚੰਗੇ ਅਤੇ ਬੁਰੇ ਦੀ ਬੜੀ ਪਛਾਣ ਸੀ। ਗਰੀਬਾਂ ਅਤੇ ਕੰਗਾਲਾਂ ਦਾ ਨਿਗਹਿਬਾਨ ਸੀ, ਮੱਕੇ ਦਾ ਹਾਜੀ ਸੀ ਅਤੇ ਹਾਫਜ਼ ਕੁਰਾਨ ਸੀ। ਗੱਲ ਨੂੰ ਮੁਕਾਵਾਂ, ਸਾਂਦਲ ਪੱਕਾ ਮੁਸਲਮਾਨ ਸੀ, ਸੱਚ ਆਖਾਂ ਉਹਦੇ ਉੱਤੇ ਰੱਬ ਵੀ ਮਿਹਰਬਾਨ ਸੀ, ਸਾਊ ਸੀ। ਸਾਂਦਲ ਭੱਟੀ 12 ਪਿੰਡੀਆਂ ਦਾ ਸੁਲਤਾਨ ਸੀ। ਚਨਾ ਅਤੇ ਰਾਵੀ ਦੇ ਦਰਮਿਆਨ ਇਹਨਾਂ 12 ਪਿੰਡੀਆਂ ਨੂੰ ਸਾਂਦਲ ਬਾਰ ਆਖਦੇ ਨੇ। ਇਹ ਸਾਂਦਲ ਭੱਟੀ ਦੇ ਨਾਂ ਤੋਂ ਸਾਂਦਲ ਬਾਰ ਇਹਨੂੰ ਆਖਦੇ ਨੇ। ਇਹ ਦੁੱਲੇ ਭੱਟੀ ਦਾ ਦਾਦਾ ਸੀ ਜੀ। ਸਾਂਦਲ ਬਾਰ ਵਿੱਚ ਕਿਸੇ ਗਰੀਬ ਨੂੰ ਕੰਡਾ ਵੀ ਚੁੱਭਦਾ ਸੀ ਤੇ ਪੀੜ ਸਾਂਦਲ ਭੱਟੀ ਨੂੰ ਹੁੰਦੀ ਸੀ। ਰਾਵੀਓਂ ਪਾਰ ਲਾਹੌਰ ਦੇ ਉੱਚੇ ਬੁਰਜ ਸਾਂਦਲ ਬਾਰ ਦੀਆਂ 12 ਪਿੰਡੀਆਂ ਨੂੰ ਆਪਣੇ ਪਰਛਾਵੇਂ ਦੀ ਲਪੇਟ 'ਚ ਲੈਣਾ ਚਾਹੁੰਦੇ ਸਨ। ਮੁਗਲਾਂ ਦਾ ਦੌਰ ਸੀ, ਮੁਗਲਾਂ ਦੇ ਸਿਪਾਹੀ ਰਾਵੀ ਪਾਰ ਕਰਕੇ ਲੁੱਟ ਮਾਰ ਕਰਕੇ ਵਾਪਸ ਲਾਹੌਰ ਅੱਪੜ ਜਾਂਦੇ ਸਨ। ਲੁੱਟੇ ਪੁੱਟੇ ਹੋਏ ਲੋਕ ਸਾਂਦਲ ਭੱਟੀ ਕੋਲ ਜਾਂਦੇ, ਆਪਣਾ ਸਾਰਾ ਹਾਲ ਸੁਣਾਉਂਦੇ। ਆਖਰਕਾਰ ਸਾਂਦਲ ਭੱਟੀ ਨੇ 12 ਪਿੰਡੀਆਂ ਵਿੱਚੋਂ 94 ਜਵਾਨ ਚੁੱਗ ਕੇ ਜ਼ੁਲਮ ਦੇ ਖਿਲਾਫ ਇੱਕ ਜਥਾ ਬਣਾ ਲਿੱਤਾ ਅਤੇ ਮਤਾ ਪਕਾ ਕੇ ਮੁਗਲਾਂ ਨਾਲ ਮੁਕਾਬਲਾ ਕੀਤਾ। ਸਾਂਦਲ ਭੱਟੀ ਬੜਾ ਦਲੇਰ ਸੀ ਪਰ ਮੁਗਲਾਂ ਦੀ ਫੌਜ ਢੇਰ ਸੀ। ਯੁੱਧ ਹੋਇਆ, ਸਾਂਦਲ ਦੇ ਨਿੱਕੇ ਜਿੰਨੇ ਜੱਥੇ ਨੇ ਮੁਗਲਾਂ ਦੀ ਫੌਜ ਨੂੰ ਤੱਕ ਕੇ ਰਾਵੀਓਂ ਪਾਰ ਕਰ ਦਿੱਤਾ। ਖੈਰ, ਮੁਕਾਬਲੇ ਹੁੰਦੇ ਰਹੇ, ਵਕਤ ਗੁਜ਼ਰਦਾ ਗਿਆ, ਸਾਂਦਲ ਜ਼ੁਲਮ ਦੇ ਖਿਲਾਫ ਜੰਗ ਲੜਦਾ ਰਿਹਾ, ਗਰੀਬਾਂ ਅਤੇ ਮਸਕੀਨਾਂ ਦੀ ਹਮਾਇਤ ਕਰਦਾ ਰਿਹਾ। ਆਖਰਕਾਰ ਵਾਅਦੇ ਪੁੱਜ ਗਏ, ਮੁਗਲਾਂ ਨੇ ਸਾਂਦਲ ਨੂੰ ਧੋਖੇ ਨਾਲ ਗ੍ਰਿਫਤਾਰ ਕਰਕੇ ਸ਼ਹੀਦ ਕਰਕੇ ਲਾਸ਼ ਪਿੰਡੀ ਭੱਟੀਆਂ ਘੱਲ ਦਿੱਤੀ ਇੱਕ ਭੂਰੇ 'ਚ ਬੰਨ। ਸਾਂਦਲ ਦਾ ਪੁੱਤ ਗੁਲਾਮ ਫਰੀਦ ਭੱਟੀ ਨਿੱਕਾ ਜਿੰਨਾ ਸੀ। ਮੁਗਲਾਂ ਦੇ ਸਿਪਾਹੀਆਂ ਨੇ ਮੂੰਹ ਬੱਜੇ ਵਾਲੀ ਬੋਰੀ ਲਿਆ ਕੇ ਸਾਂਦਲ ਦੇ ਦੀਵਾਨ ਖਾਨੇ ਦੇ ਵਿੱਚ ਲਿਆ ਕੇ ਸੁੱਟ ਦਿੱਤੀ। ਸਾਂਦਲ ਦੇ ਪੁੱਤ ਫਰੀਦ ਭੱਟੀ ਨੇ ਪੁੱਛਿਆ, ਇਸ ਬੋਰੀ ਵਿੱਚ ਕੀ ਹੈ? ਇੱਕ ਸਿਪਾਹੀ ਆਖਣ ਲੱਗਾ, ਇਸ ਬੋਰੀ ਵਿੱਚ ਕੁਝ ਤੋਹਫੇ ਨੇ, ਬਾਦਸ਼ਾਹ ਨੇ ਘੱਲੇ ਨੇ। ਉਹ ਸੁਣਨ ਵਾਲੇ ਲੋਕੋ, ਫਰੀਦ ਨੇ ਬੋਰੀ ਦਾ ਮੂੰਹ ਖੋਲਿਆ ਤੇ ਬੋਰੀ ਵਿੱਚ
ਉਹਦੇ ਬਾਪੂ ਸਾਂਦਲ ਭੱਟੀ ਦੀ ਲੋਥ ਸੀ। ਫਰੀਦ ਭੱਟੀ ਦੀ ਨਜ਼ਰ ਪਿਓ ਦੀ ਲਾਸ਼ ਤੇ ਪਈ। ਰਾਜਪੂਤ ਦਾ ਖੂਨ ਉਬਲਣ ਲੱਗ ਪਿਆ। ਮਾਸੂਮ ਫਰੀਦ ਭੱਟੀ ਦੀਆਂ ਅੱਖਾਂ ਵਿੱਚ ਲਾਲੀ ਵੇਖ ਕੇ ਮੁਗਲਾਂ ਦੇ ਸਿਪਾਹੀਆਂ ਨੇ ਧੌਣਾ ਨੀਵੀਆਂ ਕਰ ਲਿੱਤੀਆਂ। ਭੱਟੀ ਜ਼ਖਮੀ ਸ਼ੇਰ ਵਾਂਗੂ ਇਹੋ ਜਿਹੀ ਤਾੜ ਮਾਰੀ ਕਿ ਸਿਪਾਹੀ ਦੀਵਾਨ ਖਾਨਾ ਛੱਡਣ ਤੇ ਮਜਬੂਰ ਹੋ ਗਏ। ਖੈਰ ਫਰੀਦ ਭੱਟੀ ਵੀ ਕਈ ਵਰ੍ਹਿਆਂ ਤੀਕ ਜ਼ੁਲਮ ਦੀ ਜੰਗ ਦਾ ਮੁਕਾਬਲਾ ਕਰਦਾ ਰਿਹਾ। ਆਖਿਰਕਾਰ ਮੁਗਲਾਂ ਨੇ ਫਰੀਦ ਨੂੰ ਵੀ ਬਾਗੀ ਕਰਾਰ ਦੇ ਕੇ ਕਤਲ ਕਰਵਾ ਕੇ ਫਰੀਦ ਦੀ ਲਾਸ਼ ਲਾਹੌਰ ਦੇ ਕਿਲੇ ਦੇ ਉੱਚੇ ਬੁਰਜ ਦੇ ਨਾਲ ਲਟਕਾ ਦਿੱਤੀ। ਗੁਲਾਮ ਫਰੀਦ ਭੱਟੀ ਦੀ ਮੌਤ ਦੇ 12 ਦਿਨ ਬਾਅਦ ਦੁੱਲੇ ਭੱਟੀ ਨੂੰ ਮਾਤਾ ਲੱਦੀ ਵਰਿਆ ਨੇ ਜਨਮ ਦਿੱਤਾ। ਮਾਤਾ ਲੱਦੀ ਨੇ ਦੁੱਲੇ ਭੱਟੀ ਨੂੰ ਦਰਿਆ ਚ ਨਾ ਦੇ ਹਰ ਕਿਸਮ ਦੇ ਮੇਵੇ ਖਵਾ ਕੇ ਪਾਲਿਆ। ਲੱਦੀ ਵਰਿਆ ਨੇ ਪਿੰਡੀ ਭੱਟੀਆਂ ਦੇ ਸਾਰੇ ਲੋਕਾਂ ਤੇ ਪਹਿਲੇ ਹੀ ਪਾਬੰਦੀ ਲਾਈ ਹੋਈ ਸੀ ਕਿ ਕੋਈ ਬੰਦਾ ਜਾਂ ਔਰਤ ਮੇਰੇ ਪੁੱਤ ਦੁੱਲੇ ਭੱਟੀ ਨੂੰ ਮੁਗਲਾਂ ਦੇ ਵੈਰ ਬਾਰੇ ਕੋਈ ਨਾ ਦੱਸੇ। ਦੁੱਲਾ ਭੱਟੀ ਜਵਾਨ ਹੋਇਆ। ਮਾਤਾ ਲੱਦੀ ਨੇ ਆਪਣੇ ਖਾਨਦਾਨ ਵਿੱਚੋਂ ਮੁਟਿਆਰ ਫੁੱਲਰਾਂ ਨਾਲ ਦੁੱਲੇ ਦਾ ਵਿਆਹ ਕੀਤਾ। ਦੁੱਲਾ ਭੱਟੀ ਆਪਣੇ ਪਿਓ ਦਾ ਦੀਵਾਨ ਖਾਨਾ ਸੰਭਾਲਿਆ। ਬਹਿਣ ਲੱਗ ਪਿਆ। ਮੇਰੂ ਪੋਸਤੀ ਦੁੱਲੇ ਦਾ ਬਚਪਨ ਦਾ ਯਾਰ ਸੀ, ਮੂੰਹ ਬੋਲਿਆ ਭਰਾ ਸੀ। ਦੁੱਲੇ ਭੱਟੀ ਤੇ ਸੋਹਣੀ ਜਵਾਨੀ ਸੀ। ਜਦ ਕੋਈ ਵਡੇਰਾ ਬੰਦਾ ਬੁੱਢੀ ਦੁੱਲੇ ਨੂੰ ਵੇਖਦੇ ਤੇ ਮੂੰਹ ਜ਼ਰੂਰ ਨਿਕਲ ਜਾਂਦਾ, ਕੋਈ ਆਖਦਾ ਪਿਓ ਵਰਗਾ ਹੈ, ਕੋਈ ਆਖਦਾ ਦਾਦੇ ਵਰਗਾ ਹੈ। ਮਾਂ ਦਾ ਦਿਲ ਬੜਾ ਨਾਜ਼ੁਕ ਹੁੰਦਾ ਸੁਣਨ ਵਾਲੇ ਲੋਕੋ। ਲੱਦੀ ਸਮਝਦਾਰ ਸੀ, ਖਾਨਦਾਨੀ ਦੁਸ਼ਮਣੀ ਦਾ ਮਜ਼ਾ ਚੱਕ ਚੁੱਕੀ ਸੀ। ਉਹ ਲੋਕਾਂ ਅੱਗੇ ਤਰਲੇ ਤੇ ਮਿੰਨਤਾਂ ਕਰਦੀ ਰਹਿੰਦੀ ਕਿ ਮੇਰੇ ਪੁੱਤ ਨੂੰ ਦੁਸ਼ਮਣੀ ਦਾ ਪਤਾ ਨਾ ਲੱਗੇ। ਆਖਿਰਕਾਰ ਦੁੱਲੇ ਭੱਟੀ ਨੂੰ ਪਿਓ ਦਾਦੇ ਦੀ ਮੌਤ ਦਾ ਪਤਾ ਲੱਗ ਗਿਆ। ਦੁੱਲਾ ਜਵਾਨ ਉਦਾਸ ਰਹਿਣ ਲੱਗ ਪਿਆ। ਮੁਗਲਾਂ ਦੇ ਫੌਜੀ ਦਸਤੇ ਪਿੰਡੀ ਭੱਟੀਆਂ ਦੇ ਨੇੜਿਓਂ ਤੇੜਿਓਂ ਲੰਘਦੇ ਸਨ। ਇੱਕ ਦਿਨ ਦੁੱਲੇ ਸ਼ੇਰ ਨੇ ਮੁਗਲਾਂ ਦਾ ਇੱਕ ਕਾਫਲਾ ਡੱਕ ਕੇ ਲੁੱਟ ਲਿਆ ਤੇ ਮਾਲ ਗਰੀਬਾਂ ਵਿੱਚ ਤਕਸੀਮ ਕਰ ਦਿੱਤਾ। 12 ਪਿੰਡੀਆਂ ਦੀਆਂ ਘਰਾੜਾਂ, ਸਾਹੂਕਾਰਾਂ ਤੇ ਗੱਦਾਰਾਂ ਦੀਆਂ ਨੀਂਦਰਾਂ ਹਰਾਮ ਹੋ ਗਈਆਂ। ਉਹਨਾਂ ਨੇ ਦੁੱਲੇ ਭੱਟੀ ਦੀ ਮੁਖਾਲਫਤ ਸ਼ੁਰੂ ਕਰ ਦਿੱਤੀ। ਦੁੱਲੇ ਜਵਾਨ ਨੇ ਆਪਣੇ ਪਿਓ ਦਾਦੇ ਦੇ ਕਤਲ ਦੇ ਭਾਈ ਵਾਲਾਂ ਨੂੰ ਚੁਣ ਚੁਣ ਕੇ ਮਾਰਿਆ। ਸਾਂਦਲ ਬਾਰ ਵਿੱਚ ਦੁੱਲੇ ਭੱਟੀ ਦੀ ਧੁੰਮ ਪੈ ਗਈ। ਇੱਕ ਦਿਨ ਦੁੱਲਾ ਜਵਾਨ ਆਪਣੇ ਦੀਵਾਨ ਖਾਨੇ ਵਿੱਚ ਬੈਠਾ ਹੋਇਆ ਸੀ। ਦੁੱਲੇ ਦੀ ਮਾਂ ਲੱਦੀ ਦੀਵਾਨ ਖਾਨੇ ਦੇ ਬੂਹੇ ਤੇ ਆ ਕੇ ਆਵਾਜ਼ ਮਾਰ ਕੇ ਆਖਦੀ ਏ, ਦੁੱਲਿਆ ਵੇ ਦੁੱਲਿਆ। ਦੁੱਲਾ ਜਵਾਨ ਆਖਦਾ, ਕੌਣ ਏ? ਲੱਦੀ ਅੰਦਰ ਆ ਜਾਂਦੀ ਏ। ਦੁੱਲਾ ਮੂਹਰੇ ਤੋਂ ਉੱਠ ਕੇ ਖਲੋ ਗਿਆ, ਆਖਣ ਲੱਗਾ, ਕੀ ਗੱਲ ਏ ਮਾਂ? ਇਹ ਮਰਦਾਂ ਦੀ ਮਹਿਫਲ ਏ, ਇੱਥੇ ਕੀ ਲੈਣ ਆਈ ਏ? ਦੁੱਲਿਆ, ਮੈਂ ਤੈਨੂੰ ਇੱਕ ਸੁਨੇਹਾ ਦੇਣ ਆਈ ਆ। ਮੈਂ ਇੱਕ ਖਾਬ ਵੇਖਿਆ ਬੱਚਾ, ਬੜਾ ਭੈੜਾ ਖਾਬ ਏ। ਦੁੱਲਾ ਆਖਣ ਲੱਗਾ, ਖਾਬ ਖਿਆਲ ਹੁੰਦਾ ਮਾਂ? ਨਹੀਂ ਵੇ ਦੁੱਲਿਆ, ਕੋਈ ਕੋਈ ਖਾਬ ਸੱਚਾ ਵੀ ਹੋ ਜਾਂਦਾ। ਮਾਂ ਤੂੰ ਆਖਣਾ ਕੀ ਚਾਹੁੰਦੀ ਏ? ਹਲਾ ਬਾਈ, ਮਾਤਾ ਲੱਦੀ ਦੁੱਲੇ ਨੂੰ ਕੀ ਜਵਾਬ ਦਿੰਦੀ ਹੈ? ਬੰਨ ਕਰਨੀ ਆ ਬੇਨਤੀ, ਵੇ ਪੁੱਤ ਹੱਥ ਬੰਨ ਕਰਨੀ ਆ ਬੇਨਤੀ, ਵੇ ਮੈਂ ਸੱਚੀਆਂ ਦੇਵਾਂ ਸੁਣਾਓ, ਵੇ ਮੈਂ ਰਾਤੀ ਸੁਪਨਾ ਵਾਚਿਆ, ਵੇ ਦਿੱਤਾ ਸੁਪਨਾ ਪੂਰੀ ਬਲਾ ਓਏ।
ਕੜਕਿਆ ਮੈਲ ਟਿਕਈ ਗੇੜ ਗਿੜਾ ਓਏ ਤੇਰਾ ਸਾਂਦਲ ਦਾਤਾ ਮਾਰਿਆ ਸਾਂਦਲ ਦਾਤਾ ਮਾਰਿਆ ਘੜੀ ਓ ਲੰਘਾਓ ਪੁੱਤ ਦੁੱਲਿਆ ਦੁੱਲਾ ਭੱਟੀ ਮਾਂ ਦਾ ਖਾਬ ਸੁਣਦਾ ਬੜੇ ਹੌਸੇ ਨਾਲ ਪੁੱਛਦਾ ਹੈ ਮਾਂ ਮੈਂ ਜਦੋਂ ਜੰਮਿਆ ਸਾਂ ਮੈਨੂੰ ਗੁੜਤੀ ਕਿਸ ਚੀਜ਼ ਦੀ ਦਿੱਤੀ ਸਾਈ ਮਾਂ ਕਹਿੰਦੀ ਹੈ ਦੁੱਲਿਆ ਸਾਣ ਚੜੀ ਤਲਵਾਰ ਦਾ ਪਾਣੀ ਤੇਰੇ ਮੂੰਹ ਲਾਇਆ ਸੀ ਦੁੱਲਾ ਪੁੱਛਦਾ ਇੱਕ ਗੱਲ ਤੇ ਦੱਸ ਮੇਰਾ ਨਾਂ ਦੁੱਲਾ ਦਾਈ ਰੱਖਿਆ ਸੀ ਕਿ ਤੂੰ ਰੱਖਿਆ ਸੀ ਮਾਤਾ ਲੱਦੀ ਆਖਦੀ ਹੈ ਬੱਚਾ ਤੇਰਾ ਨਾਂ ਮੈਂ ਦੁੱਲਾ ਰੱਖਿਆ ਸੀ ਦੁੱਲਾ ਆਖਦਾ ਤਾਂ ਹੁਣ ਮੈਨੂੰ ਆਖਦੀ ਹੈ ਕਿ ਅੰਦਰ ਵੜ ਕੇ ਜ਼ਿੰਦਗੀ ਦੇ ਦਿਨ ਗੁਜ਼ਾਰ ਹਲਾ ਬਾਈ ਦੁੱਲਾ ਮਾਤਾ ਲੱਦੀ ਨਾਲ ਕੀ ਜਵਾਬ ਕਰਦਾ ਓ ਲੋਕੋ ਦੁੱਲਾ ਮੁੱਖ ਤੀ ਬੋਲਦਾ ਲੋਕੋ ਮਾਤਾ ਨੂੰ ਕਹੇ ਠਕੋਰ ਓਏ ਰੱਖ ਦਿਓ ਉਹ ਮੇਰਾ ਨਾ ਦੁੱਲਾ ਨਾ ਰੱਖ ਦਿਓ ਟੀਚਾ ਰੱਖ ਦਿਓ ਕੁਝ ਹੋਰ ਓਏ ਮੇਰੇ ਹੇਠਾਂ ਕੋੜਾ ਲੱਖੀਏ ਹੇਠਾਂ ਕੋੜਾ ਲੱਖੀਏ ਟੁਰਦਈ ਸੁੰਭ ਟਕੋਰ ਓਏ ਮੈਂ ਉਤਵਾਵਾਂ ਏ ਬੱਗੇ ਸ਼ੇਰ ਦਾ ਓਏ ਬੱਲੇ ਬੱਗੇ ਸ਼ੇਰ ਦਾ ਮੇਰੇ ਸ਼ੇਰਾਂ ਵਰਗੇ ਤੋਰ ਓਏ ਹੋਏ ਸ਼ੇਰ ਦੁੱਲਿਆ ਦੁੱਲੇ ਦੀ ਮਾਂ ਘਰ ਚਲੀ ਜਾਂਦੀ ਏ ਪਰ ਮਾਂ ਦਾ ਦਿਲ ਅਨਹੋਣੀ ਦੇ ਡਰ ਤੋਂ ਧੜਕਦਾ ਰਿਹਾ ਇਸੇ ਰਾਤੀ ਇੱਕ ਕਾਫਲਾ ਪਿੰਡੀ ਪੱਟੀਆਂ ਦੇ ਇਲਾਕੇ ਵਿੱਚ ਆ ਕੇ ਰੁਕਦਾ ਇਹ ਕਾਫਲਾ ਸ਼ਾਹੀ ਦਰਬਾਰ ਵਾਸਤੇ ਤੋਹਫੇ ਲੈ ਕੇ ਜਾ ਰਿਹਾ ਸੀ ਦੁੱਲੇ ਨੂੰ ਪਤਾ ਲੱਗਾ ਦੁੱਲਾ ਮੇਰੂ ਪੋਸਤੀ ਦੇ ਨਾਲ ਤੇ ਡੋਗਰ ਖਾਂ ਉਹਦਾ ਯਾਰ ਸੀ ਉਹਨੂੰ ਵੀ ਬੁਲਾ ਕੇ ਉਹਨਾਂ ਨੂੰ ਤਿਆਰ ਕੀਤਾ ਸ਼ੇਰ ਦੇ ਬੱਚੇ ਨੇ ਪਾ ਕੇ ਲੱਖੀ ਘੋੜੀ ਤੇ ਕਾਠੀ ਹੱਥ ਵਿੱਚ 1,500 ਦਾ ਖੁੰਡਾ ਫੜ ਕੇ ਭਜਾ ਕੇ ਘੋੜੀ ਮੁਗਲਾਂ ਦੇ ਕਾਫਲੇ ਵਿੱਚ ਜਾ ਵੜਿਆ ਉਹ ਲੋਕ ਜਿਹੜੇ ਤੋਹਫੇ ਲੈ ਕੇ ਜਾ ਰਹੇ ਸਨ ਪੱਟੀ ਨੇ ਸਾਰੇ ਖੋ ਲਏ ਕਾਫਲੇ ਦੇ ਸਰਦਾਰ ਨੇ ਕੁਝ ਅਬਾ ਤਬਾ ਕੀਤੀ ਪੱਟੀ ਨੇ ਮਾਰ ਕੇ ਤਲਵਾਰ ਦੀ ਸੱਟ ਸਿਰ ਤਨ ਨਾਲੋਂ ਵੱਖ ਕਰ ਦਿੱਤਾ ਮੈਦੇ ਖੱਤਰੀ ਨੂੰ ਦੇ ਦਿੱਤਾ ਜਿਹੜਾ ਉਹਨਾਂ ਦਾ ਸਾਥੀ ਸੀ ਨਾ ਮੈਦਾ ਖੱਤਰੀ ਉਹਨੂੰ ਦੇ ਦਿੱਤਾ ਤੇ ਆਖਿਆ ਜਾ ਮੈਦਿਆ ਲਾਹੌਰ ਜਾ ਕੇ ਅਕਬਰ ਬਾਦਸ਼ਾਹ ਨੂੰ ਆਖੀ ਤੇ ਮੇਰਾ ਸੁਨੇਹਾ ਪੁਜਾ ਦੇਵੀ ਨਾਲੇ ਆਖੀ ਦੁੱਲਾ ਭੱਟੀ ਨੇ ਇਹ ਤੇਰੇ ਵਾਸਤੇ ਇੱਕ ਨਿਸ਼ਾਨੀ ਕੱਲੀ ਏ ਜੇ ਪਤਾ ਲੈ ਸਕਣਾ ਤੇ ਆ ਜਾ ਨਹੀਂ ਤੇ ਕੁਝ ਦਿਨਾਂ ਤੀਕ ਆਪਣੇ ਤਖ਼ਤ ਦਾ ਵੀ ਫਿਕਰ ਕਰ ਉਹ ਸੁਣਨ ਵਾਲੇ ਲੋਕੋ ਮੈਦਾ ਖੱਤਰੀ ਅਕਬਰ ਦੇ ਦਰਬਾਰ ਵਿੱਚ ਆ ਕੇ ਤੇ ਕੀ ਜਵਾਬ ਕਰਦਾ ਲੋਕੋ ਮੈਦਾ ਜਾ ਕੇ ਕੂਕਿਆ
ਦਰਬਾਰ ਏ ਇੱਕ ਜੰਮਿਆ ਪਿੰਡੀ ਵਿੱਚ ਸੂਰਮਾ ਉਹ ਮਾਈ ਲੱਦੀ ਤੇ ਕਰ ਲਾਲ ਹੋਏ ਉਹਨੇ ਲੁੱਟ ਕੇ ਖਾ ਲੀਆਂ ਡਾਲੀਆਂ ਲੁੱਟ ਕੇ ਉਹ ਖਾ ਲੀਆਂ ਡਾਲੀਆਂ ਕੇ ਖਾ ਗਿਆ ਮਾਲ ਉਹਦੇ ਜੰਮਣ ਨੂੰ ਰੋਮਨ ਰਾਣੀਆਂ ਬਾਈ ਬੱਲੇ ਬੱਲੇ ਰਾਣੀਆਂ ਵਿੱਚ ਹੱਡੀਆਂ ਰੋਣ ਕਰਾੜ ਓਏ ਹੋਏ ਸ਼ੇਰ ਤੁੱਲਿਆ ਬਾਦਸ਼ਾਹ ਮਹਿਦੇ ਦੀ ਗੱਲ ਸੁਣ ਕੇ ਤਖਤ ਤੋਂ ਤੜਫ ਉੱਠਿਆ ਤੇ ਬੋਲਿਆ ਲੈ ਕੋਈ ਹੈ ਜਿਹੜਾ ਦੁੱਲੇ ਭੱਟੀ ਨੂੰ ਬੰਨ ਕੇ ਮੇਰੇ ਕੋਲ ਲਿਆਵੇ ਸਾਰਿਆਂ ਦਰਬਾਰੀਆਂ ਨੇ ਧੌਣਾ ਨੀਵੀਆਂ ਕਰ ਲਿੱਤੀਆਂ ਅਕਬਰ ਬਾਦਸ਼ਾਹ ਫੇਰ ਗੱਜਿਆ ਤੇ ਕੀ ਜਵਾਬ ਕਰਦਾ ਇੱਥੇ ਸੂਰਮਾ ਉਹ ਜਿਹੜਾ ਵਿੱਚ ਕਚਹਿਰੀ ਰਹਿੰਦਾ ਓਏ ਹੋ ਕੇ ਪੁੱਤ ਫਰੀਦ ਦਾ ਬਾਗੀ ਦਾ ਪੁੱਤ ਸੀ ਹੋ ਕੇ ਪੁੱਤ ਫਰੀਦ ਦਾ ਪੁੱਤ ਫਰੀਦ ਦਾ ਅੱਜ ਨਾਲ ਸਾਡੇ ਪਿਆ ਕਹਿੰਦਾ ਉਹਦਾ ਦਾਣਾ ਪਾਣੀ ਖੁੱਟ ਗਿਆ ਓਏ ਦਿਲ ਬੁੱਲ ਖੁੱਟ ਗਿਆ ਹੁਣ ਜ਼ਰਾ ਕਿਤੇ ਨਹੀਂ ਰਹਿੰਦਾ ਜ਼ਮੀਨਾਂ ਤੁੱਲਿਆ ਬੰਨ ਕੇ ਬਾਈ ਬੰਦੇ ਬੰਦੇ ਬੰਨ ਕੇ ਪਾਇਆ ਉਹਦੇ ਪੱਟ ਕੇ ਨਾਲ ਓਏ ਹੋਏ ਸ਼ੇਰ ਤੁੱਲਿਆ ਗੱਲਾਂ ਹੋ ਰਹੀਆਂ ਸਨ ਕਿ ਕਸੂਰ ਦਾ ਮਿਰਜ਼ਾ ਨਿਜ਼ਾਮਦੀਨ ਕੰਧਾਲੇ ਦਾ ਕਿਲ੍ਹਾ ਫਤਿਹ ਕਰਕੇ ਦਰਬਾਰ ਵਿੱਚ ਆਇਆ ਦਰਬਾਰ ਵਿੱਚ ਆ ਕੇ ਵੇਖਿਆ ਕਿ ਸਾਰੇ ਲੋਕ ਚੁੱਪ ਚਾਪ ਬੈਠੇ ਨੇ ਕੋਈ ਗੱਲ ਨਹੀਂ ਕਰਦਾ ਅਕਬਰ ਬਾਦਸ਼ਾਹ ਵੀ ਗੁੱਸੇ ਨਾਲ ਅੱਗ ਬਘੂਲਾ ਹੋਇਆ ਪਿਆ ਹੈ ਮਿਰਜ਼ੇ ਨਿਜ਼ਾਮਦੀਨ ਨੇ ਸਲਾਮ ਕੀਤਾ ਬਾਦਸ਼ਾਹ ਨੇ ਖੁਸ਼ ਆਮਦੀਦ
आख्या तेनू असी मुबारक बाद देने आ, तू किला फतह करके आया और नाल ही तेनू पिंडी पट्टियां जान दा हुक्म देने आ। वो आखन लगा जी पिंडी पट्टियां की काम है? बागी फरीद खान दा बेटा दुल्ला भट्टी उन्हें साड़ी गैरत नूं ललकारिया है। मिर्जा कहिंदा मतबल यह होया कि असां सप मार दिता सी ते सपोलिया छड़ दिता सी। हालिया मैं इन्हां कदमां तों हट जाना और दुल्ले भट्टी नूं कैद करके तुहाडे सामने लैके आवांगा। हला भाई मिर्जे निजामदीन ने किवें चढ़ाई कीती? प्या मिर्जा निजामदीन लोको सत पंज पै गई है दूर होए ओ लोको तत्ते ता मुहाबतां लोको हाथी लै संदूर होए ने मुछा मरोड़ियां जाना पिंडी अज जरूर होए लोको मुगला ने मुछा मरोड़ियां मुगला ने मुछा मरोड़ियां जाना पिंडी अज जरूर होए असी जावांगे दुल्ले दियां माड़ियां पाई बल्ले बल्ले माड़ियां ओए करांगे चकना चूर ओए होए 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 दुल्लिया मिर्जे निजामदीन ने दुल्ले नूं गिरफ्तार करन दी तैयारी दा मता पकाया है। दूसरी तरफ दुल्ला भट्टी बेफिक्री नाल दीवान खाने विच महफिल ला के बैठा होया। इतफाक नाल दुल्ले दा खानदानी नजूमी ब्राह्मण ओहदा गुजर होया। दुल्ले भट्टी ने नजूमी नूं सद्या। दुल्ला आखदा पंडित जी तुहाडी कछ विच की है? नजूमी आंदा ए पत्री है महाराज। कहिंदा जे पत्री है ते फिर को फाल कढ़ के दस दे सही। फाल दस दस फाल कि अकबर बादशाह नाल मेरी लड़ाई होनी है जरूर। ओदी मेरी खानदानी दुश्मनी है। ये दस के फतहनामा ओदे ना है के मेरे ना है? हो सकिया महाराज पत्री मेरी सच बोलदी है? अगर तू आखे तो सच्ची गल सुना दिया। दुल्ला आखदा तू डरना खुल के गल कर मौत एक दिन ही आनी है। हला भाई ओ नजूमी दुल्ले जवान नाल गल करदा ते की करदा? ओ बेलिया सच्चियां देवा सुना ओए मेरे कांची करत दे पत्रे मेरे हाथी गैनी आए जे मेरी पत्री ये झूठ बोल दी बेटी पानी दे दिया रुड़ाए तोए फौजां बादशाह दियां चढ़ के ओ पतिया एथे जानिया नी आए ओए अठ दिन तेनू हार दे दुल्लिया ओए अठ दिन तेनू हार दे अठ दिन तेनू हार दे
ਡਾਂਗਲਾ ਵੀ ਤੇ ਲਾਓਏ ਦਿਨ ਨਾਵੇਂ ਨੂੰ ਆਣ ਕੇ ਲੜੀ ਤੂੰ ਏ ਬੱਲੇ ਬੱਲੇ ਲੜੀ ਤੂੰ ਉਹ ਤੈਨੂੰ ਦੇਊਗਾ ਜਿੱਤ ਖੁਦਾ ਸ਼ੇਰ ਨੇ ਸੋਚਿਆ ਮਾਂ ਲੱਦੀ ਆਖਦੀ ਏ ਭੈੜੇ ਖਾਬ ਆਉਂਦੇ ਨੇ ਨਜੂਮੀ ਬਾਹਮਣ ਵੀ ਆਖਦਾ ਤੈਨੂੰ ਅੱਠ ਦਿਨ ਹਾਰੇ ਸਿਆਣੇ ਦੀ ਗੱਲ ਮੰਨ ਲੈਣੀ ਚਾਹੀਦੀ ਏ ਚਲੋ ਝੱਲ ਕਾਕੜੇ ਸ਼ਿਕਾਰ ਖੇਡਾਈਏ ਨਾਲੇ ਮਾਮੇ ਰਹਿਮਤ ਖਾਨ ਨੂੰ ਚਨਿਓਟ ਮਿਲਾਈਏ ਇੰਜ ਪਿੱਛੂ ਬਲਾ ਵੀ ਟਲ ਜਾਏਗੀ ਦੁੱਲੇ ਭੱਟੀ ਨੇ ਘੋੜੀ ਤੇ ਕਾਠੀ ਪਾ ਲਈ ਬਾਹਮਣ ਦੇ ਆਖੇ ਲੱਗ ਕੇ ਦੁੱਲਾ ਨਾਨਕੇ ਘਰ ਨੂੰ ਚੱਲਿਆ ਪਿੰਡੀ ਸੁੰਜੀ ਹੋ ਗਈ ਦੁੱਲਾ ਚਨਿਓੜ ਜਾ ਬੈਠਾ ਮਾਮੇ ਰਹਿਮਤ ਖਾਨ ਕੋਲ ਉਧਰੋਂ ਮਿਰਜ਼ਾ ਨਿਜ਼ਾਮਦੀਨ ਹਜ਼ਾਰ ਆਦਮੀ ਲੈ ਕੇ ਜੰਗੀ ਸਮਾਨ ਲੈ ਕੇ ਪਿੰਡੀ ਦੇ ਆਲੇ ਦੁਆਲੇ ਤੰਬੂ ਕਨਾਤਾਂ ਲਾ ਦਿੱਤੀਆਂ ਜਿਹੜਾ ਉੱਠਾਂ ਤੋਂ ਪਾਰ ਲਾਂਦਾ ਉਹ ਵੀ ਆਖਦਾ ਸੀ ਦੁੱਲਾ ਲੱਭੋ ਜਿਹੜਾ ਕਿੱਲੇ ਠੋਕੇ ਉਹ ਵੀ ਆਖਦਾ ਸੀ ਦੁੱਲੇ ਨੂੰ ਲੱਭੋ ਜਿਹੜਾ ਤੰਬੂ ਪਕੜ ਕੇ ਖਲੋਤਾ ਹੋਇਆ ਸੀ ਉਹ ਵੀ ਆਂਦਾ ਸੀ ਦੁੱਲੇ ਨੂੰ ਲੱਭੋ ਹਰ ਸਿਪਾਹੀ ਦੇ ਮੂੰਹ ਵਿੱਚ ਦੁੱਲਾ ਦੁੱਲਾ ਸੀ ਇੱਧਰ ਨਿਜ਼ਾਮਦੀਨ ਦੀ ਫੌਜ ਖੈਮੇ ਗੜ ਰਹੀ ਸੀ ਉਧਰੋਂ ਪਿੰਡੀ ਖਾਲੀ ਪਈ ਹੋਈ ਸੀ ਦੁੱਲੇ ਪੱਟੀ ਦੀ ਬੀਵੀ ਫੁੱਲਰਾਂ ਆਪਣੇ ਕੋਠੇ ਦੀ ਛੱਤ ਤੇ ਚੜ੍ਹ ਕੇ ਵੇਖਦੀ ਏ ਕਿ ਪਿੰਡੀ ਦੇ ਦੁਆਲੇ ਮੁਗਲਾਂ ਨੇ ਫੌਜ ਲਾ ਦਿੱਤੀ ਏ ਡੇਰਾ ਲਾ ਰਹੀ ਫੌਜ ਫੁੱਲਰਾਂ ਘਬਰਾ ਕੇ ਕੋਠੇ ਤੋਂ ਉਤਰੀ ਮਾਂ ਲੱਦੀ ਦੇ ਕੋਲ ਆਈ ਆਖਿਆ ਮਾਂ ਲੱਦੀ ਨੇ ਆਖਿਆ ਕੀ ਗੱਲ ਏ ਫੁੱਲਰਾਂ ਹੈਰਾਨ ਹੋ ਗਈ ਏ ਕਹਿੰਦੀ ਮਾਤਾ ਜੀ ਅੱਜ ਤੇਰਾ ਪੁੱਤਰ ਵੀ ਘਰ ਨਹੀਂ ਤੇ ਮੁਗਲਾਂ ਨੇ ਅੱਜ ਪਿੰਡੀ ਨੂੰ ਘੇਰਾ ਪਾ ਲਿਆ ਮਾਂ ਮਾਈ ਲੱਦੀ ਨੇ ਨੂੰਹ ਦੀ ਗੱਲ ਸੁਣ ਕੇ ਭੱਜੀ ਭੱਜੀ ਮੇਰੂ ਪੋਸਤੀ ਵੱਲ ਆਈ ਮੇਰੂ ਸੁੱਤਾ ਹੋਇਆ ਸੀ ਮਾਂ ਲੱਦੀ ਪੋਸਤੀ ਨੂੰ ਜਗਾਉਂਦੀ ਏ ਉਹ ਉੱਠਦਾ ਕਹਿੰਦਾ ਕੌਣ ਮੈਨੂੰ ਸੌਣ ਦੇ ਦਿਓ ਆਖਿਆ ਮੈਂ ਲੱਦੀ ਹਾਂ ਪੋਸਤੀ ਪੋਸਤੀ ਤੇਰਾ ਭਰਾ ਦੁੱਲਾ ਨਹੀਂ ਅੱਜ ਤੇ ਮੁਗਲਾਂ ਨੇ ਚੜ੍ਹਾਈ ਕਰ ਦਿੱਤੀ ਆਹ ਸੁਣਨ ਵਾਲਿਓ ਲੋਕੋ ਉਸ ਦੀ ਅੱਖਾਂ ਮਲਦਾ ਉੱਠਦਾ ਤੇ ਲੱਦੀ ਪੋਸਤੀ ਨੂੰ ਕੀ ਜਵਾਬ ਕਰਦੀ ਹੈ ਮਾਤਾ ਲੱਦੀ ਮੇਰੂ ਨੂੰ ਆਖਦੀ ਮੈਂ ਸੱਚੀਆਂ ਦੇਵਾਂ ਸੁਣਾ ਪੁੱਤ ਮੁਗਲੇ ਡੜੇ ਦਿੱਤੀ ਬੈਠੇ ਮੁੱਛਾਂ ਨੂੰ ਤਾਓਏ ਵੇਓ ਜਾਣਗੇ ਪਿੰਡੀ ਲੁੱਟ ਕੇ ਲੈ ਜਾਣਗੇ ਪਿੰਡੀ ਲੁੱਟ ਕੇ ਹਾਥੀਆਂ ਦੀ ਹੌਕੀ ਪਾਓ ਧੀਆਂ ਲਿਜਾਣਗੇ ਬੰਨ ਕੇ ਬੱਲੇ ਬੱਲੇ ਬੰਨ ਕੇ ਕੀ ਰਹਿ ਗਾ ਸ਼ਰਮ ਹਜਾਓ ਜਿਵੇਂ ਦੁਨੀਆ ਸੁਣਨ ਵਾਲਿਓ ਲੋਕੋ ਮੇਰੂ ਪੋਸਤੀ ਨੇ ਮਾਈ ਲੱਦੀ ਦਾ ਵਰਲਾਪ ਸੁਣਿਆ ਤੇ ਤੜਕ ਤੜਕ ਕਰਕੇ ਮੇਰੂ ਦੇ ਜਾਮੇ ਦੀਆਂ ਤਣੀਆਂ ਟੁੱਟ ਗਈਆਂ
ਜਦੋਂ ਨੂੰਹਾਂ ਤੇ ਧੀਆਂ ਦਾ ਨਾਂ ਲਿਆ ਬੋਲੀ ਸੂਰ ਮੈਨੂੰ ਖਾ ਗਈ ਸਾਰੇ ਨਸ਼ੇ ਲੈ ਗਏ ਮੈਂ ਦੱਸਾਂ ਕੋਸਤੀ ਨੇ ਕਿਵੇਂ ਚੜ੍ਹਾਈ ਕੀਤੀ ਬਈ ਜੱਟਾ ਲੋਕੋ ਚੜ ਪਿਆ ਮੇਰੂ ਕੋਸਤੀ ਉਹਨੇ ਮੋਢੇ ਧਰੀ ਬੰਦੂਕ ਮੇਰੂ ਢਿੱਡ ਮੁਗਲਾਂ ਦੇ ਜਾ ਪਿਆ ਸੈਫ ਮਲੂ ਕੋਏ ਬਲ ਬਲ ਮਾਰੀਆਂ ਟਾਣੀਆਂ ਬਲ ਬਲ ਮਾਰਦਾ ਟਾਣੀਆਂ ਉਹ ਜਿਵੇਂ ਕੁਆਰੀ ਨੂੰ ਚਮੜੇ ਭੂਤ ਮਾਰੇ ਤੇ ਕੁਝ ਭੱਜ ਗਏ ਬੱਲੇ ਬੱਲੇ ਭੱਜ ਗਏ ਉਹ ਰਹਿੰਦੇ ਕਰਨ ਲੱਗ ਮੈਂ ਕੂਚੋਏ ਹੋਏ ਹੋਏ ਚੇਰ ਦੁਨੀਆ ਕੀਤਾ ਨਿਜ਼ਾਮਦੀਨ ਸਮਝਿਆ ਕਿ ਦੁੱਲਾ ਭੱਟੀ ਹੈ ਮੇਰੂ ਪੋਸਤੇ ਨੇ ਬੜੀ ਜੀਤਦਾਰੀ ਨਾਲ ਜੰਗ ਲੜੀ ਮੁਗਲਾਂ ਦੀ ਫੌਜ ਵਿੱਚ ਉਗਦੜ ਮੱਚ ਗਈ ਨਿਜ਼ਾਮਦੀਨ ਨੇ ਸੋਚਿਆ ਕਿ ਇਸ ਤਰ੍ਹਾਂ ਦੁੱਲੇ ਭੱਟੀ ਨੇ ਕਾਬੂ ਨਹੀਂ ਆਉਣਾ ਬਿਗਲ ਵੱਜ ਗਿਆ ਸਾਰੀ ਫੌਜ ਨੂੰ ਹੁਕਮ ਦਿੱਤਾ ਫੜ ਲਓ ਤੇ ਦੁੱਲੇ ਭੱਟੀ ਦੇ ਟੱਕਰੇ ਕਰ ਦਿਓ ਸਾਰੀ ਫੌਜ ਝੁਕ ਗਈ ਮੁਗਲਾਂ ਦੇ ਸਿਪਾਹੀ ਦੁੱਲੇ ਭੱਟੀ ਦੇ ਘਰ ਦਾ ਦਰਵਾਜ਼ਾ ਲੰਘਣਾ ਚਾਹੁੰਦੇ ਸਨ ਉਸ ਦੀ ਦਰਵਾਜ਼ੇ ਦੇ ਵਿੱਚ ਡੱਕ ਕੇ ਖਲੋ ਗਿਆ ਮਾਂ ਲੱਦੀ ਤੇ ਫੁੱਲਰਾਂ ਉਸ ਦੀ ਨੂੰ ਤੀਰ ਫੜਾਂਦੀਆਂ ਉਸ ਦੀ ਵਾਰ ਕਰਦਾ ਉਸ ਦੀ ਨੇ ਮੁਗਲਾਂ ਉੱਤੇ ਤੀਰਾਂ ਦਾ ਮੀਂਹ ਵਸਾ ਦਿੱਤਾ ਇੱਕ ਸਿਪਾਹੀ ਨੇ ਛੁਪ ਕੇ ਵਾਰ ਕੀਤਾ ਉਸ ਦੀ ਜ਼ਮੀਨ ਤੇ ਡਿੱਗ ਪਿਆ ਆਖਰੀ ਗੱਲ ਮਾਂ ਲੱਦੀ ਨਾਲ ਕੀਤੀ ਮਾਂ ਮੇਰੇ ਯਾਰ ਦੁੱਲੇ ਨੂੰ ਆਖੀ ਮੈਂ ਆਪਣੀ ਹਯਾਤੀ ਵਿੱਚ ਕੋਈ ਮੁਗਲੇਟੜਾ ਤੇਰਾ ਬੂਆ ਨਹੀਂ ਲੰਘਣ ਦਿੱਤਾ ਆਖਰਕਾਰ ਨਿਜ਼ਾਮਦੀਨ ਨੇ ਦੁੱਲੇ ਭੱਟੀ ਦੀ ਮਾਂ ਲੱਦੀ ਤੇ ਬੀਵੀ ਫੁੱਲਰਾਂ ਵਗੈਰਾ ਯਾਨੀ ਦੁੱਲੇ ਦੇ ਖਾਨਦਾਨ ਦੀਆਂ ਬਾਂਧਾਂ ਬੰਨ ਕੇ ਲਾਹੌਰ ਨੂੰ ਤੁਰ ਪਿਆ ਉਹ ਸੁਣਨ ਵਾਲਿਓ ਲੋਕੋ ਦੁੱਲੇ ਦੀ ਮਾਂ ਲੱਦੀ ਦੀਆਂ ਮੁਸ਼ਕਾਂ ਬੰਨ ਕੇ ਕੈਦੀ ਬਣਾ ਕੇ ਤੇ ਊਠ ਤੇ ਬਹਾਇਆ ਜਿਸਲੇ ਤੁਰ ਪਏ ਨੇ ਤੇ ਮਾਤਾ ਲੱਦੀ ਚਨਿਓਟ ਵੱਲ ਮੂੰਹ ਕਰਕੇ ਤੇ ਇੱਕ ਕੀਵਰ ਲਾਪ ਕਰਦੀ ਹੈ ਜੀ ਓਏ ਤੂੰ ਓਏ
ਅਜੇ ਕਾਫਲਾ ਸਾਂਦਲ ਬਾਰ ਦੇ ਇਲਾਕੇ ਵਿੱਚ ਸੀ। ਦੁੱਲੇ ਭੱਟੀ ਦਾ ਇੱਕ ਦੋਸਤ ਰੋੜਾ ਜੱਟ ਨੇ ਮਾਤਾ ਲੱਦੀ ਦੀ ਆਵਾਜ਼ ਪਛਾਣ ਲਈ। ਰੂੜਾ ਜੱਟ ਲੱਦੀ ਦੇ ਕਚਾਵੇ ਦੇ ਕੋਲ ਆ ਕੇ ਪੁੱਛਦਾ ਹੈ, ਮੈਂ ਭੁੱਲਦਾ ਤੇ ਨਹੀਂ, ਤੂੰ ਮਾਂ ਲੱਦੀ ਹੈ? ਆਵਾਜ਼ ਆਇਆ, ਹਾਂ ਮੈਂ ਲੱਦੀ ਹਾਂ, ਦੁੱਲੇ ਭੱਟੀ ਦੀ ਮਾਂ ਵਾਂ। ਤੂੰ ਰੂੜਾ ਜੱਟ ਹੈ? ਹਾਂ ਮਾਂ। ਦੁੱਲਾ ਕਿੱਥੇ? ਮਾਂ ਆਖਦੀ ਹੈ ਦੁੱਲਾ ਚਨਿਓੜ ਮਾਮੇ ਕੋਲ ਬੈਠਾ ਹੋਇਆ, ਤੇ ਜਾ ਕੇ ਉਹਨੂੰ ਦੱਸ ਕਿ ਪਿੰਡੀ ਉੱਜੜ ਗਈ। ਰੋੜੇ ਜੱਟ ਨੇ ਆਪਣੇ ਡੰਗਰ ਉੱਥੇ ਹੀ ਛੱਡੇ, ਨੰਗੀ ਪੈਰੀ ਚਨਿਓੜ ਨੂੰ ਤੁਰ ਪਿਆ। ਜਾ ਕੇ ਦੁੱਲੇ ਜਵਾਨ ਨੂੰ ਮਿਲਿਆ, ਸਾਰਾ ਹਾਲ ਸੁਣਾਇਆ, ਤੇ ਮੈਂ ਦੱਸਾਂ ਕਿ ਰੋੜ ਜੱਟ ਕੀ ਜਵਾਬ ਕਰਦਾ ਹੈ। ਰੋੜ ਜੱਟ ਨੇ ਖਾਈ ਮਾਰੀਆਂ, ਉਹਨੋ ਕੋ ਕੋਲ ਦੁੱਲੇ ਦੇ ਜਾਓਏ, ਉਹ ਤੇਰਾ ਪੇਛਦੀ ਕਾਂ ਦੱਸਿਆ ਦੁੱਲਿਆ, ਉਹ ਤੇਰਾ ਪੇਛਦੀ ਕਾਂ ਦੱਸਿਆ, ਆ ਗਏ ਚੜ ਚੜਾਓਏ ਲੱਦੀ ਮਾਂ ਨੂੰ, ਬੋਲਿਆ ਨੇ ਲੱਦੀ ਮਾਂ ਨੂੰ, ਉਜਦੀ ਕੁੱਖੇ ਦਿਓ ਸਮਾਓਏ, ਉਜਦੀ ਕੁੱਖੇ ਦਿਆ ਸਮਾਓਏ, ਤੇਰੀ ਰਾਣੀ ਬਣ ਲਈ ਓਏ ਬੱਲੇ ਬੱਲੇ ਬਣ ਲਈ, ਜਿੰਦੀ ਸੇਜ ਤੇ ਪੈਣਾ ਸਹਿ ਜਾਓਏ, ਹੋਏ 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 ਦੁੱਲਿਆ। ਜਿਸ ਵੇਲੇ ਰੋੜ ਜੱਟ ਨੇ ਸੁਨੇਹਾ ਦਿੱਤਾ, ਦੁੱਲੇ ਭੱਟੀ ਦਾ ਸਾਰੀ ਆਜ਼ਾਦੀ ਦਾ ਨਸ਼ਾ ਹਰਨ ਹੋ ਗਿਆ, ਬੋਲੀ ਸੂਰਮੇ ਨੂੰ ਖਾ ਗਈ, ਮੁੱਛ ਦਾ ਵੱਟ ਲਾ ਦਿੱਤਾ, ਪੱਗ ਦਾ ਮੋਹਰਾ ਖਿੱਚ ਕੇ ਪਿਛਲੇ ਬੰਨੇ ਬੰਨ ਲਿਆ, ਤੇ ਤਲਖੀ ਨਾਲ ਨਫ਼ਰ ਨੂੰ ਕੀ ਜਵਾਬ ਦਿੰਦਾ ਭਾਈ? ਨਫਰਾ ਮੇਰਿਆ, ਉਹ ਮੇਰੀ ਕੋੜੀ ਪੀੜ ਲਿਆ, ਹਾਜੀ ਚੜੇਗਾ ਪੁੱਤ ਰਾਜਪੂਤ ਦਾ, ਹਾਜੀ ਜਾਣਾ ਮੁਗਲਾਂ ਤੇ ਤਾਓ, ਬਨ ਬਨ ਕੇ ਉਹ ਲੈ ਗਿਆ ਹੋਏ, ਬਨ ਬਨ ਕੇ ਰੱਖ ਮਿਲਦਾ ਲੈ ਗਿਆ, ਬਨ ਬਨ ਕੇ ਉਹ ਲੈ ਗਿਆ, ਬਨ ਬਨ ਕੇ ਤਾਗ ਗਿਆ ਪੱਟੀ ਨੂੰ ਲਾਓਏ, ਅੱਜ ਮੈਨੂੰ ਅੰਨ ਹਰਾਮੇ ਪੱਲੇ ਪੱਲੇ ਰਾਮੇ, ਜਿਨ੍ਹਾਂ ਬਾਂਦਾ ਲਮਾ ਮੈਂ ਛੁੜਾਓਏ, ਹੋਏ ਸ਼ੇਰ ਦੁੱਲਿਆ। ਦੁੱਲੇ ਨੇ ਤਿਆਰੀ ਕੀਤੀ, ਇਧਰੋਂ ਮੁਗਲ ਕੈਦੀਆਂ ਦਾ ਕਾਫਲਾ ਲੈ ਕੇ
बैरून पिंडी लाल खान पहुंच गया। धुप चढ़ आई, निजामदीन ने हुक्म दिता कि दो भरा इत्थे ही कट लो, पिछले पैर चलांगे। पिंडी लाल खान का मालक बुढ़ा लाल खान पौने 200 साल का बंदा सी, हाथ च खूंडा फड़िया है, फिरदा टुरदा पिंडियों बाहर आया। वेख्या मुगलों दियां फौजां, छेती नाल मुगलों दियां फौजां वेख के ते मसीते गया, जाके नगारे ते सट मारी। लोग कट्ठे हो गए, पुछया बाबा की गल है। जिसले सारे लोग कट्ठे होए ते बुढ़े लाल खान ने उन्होंने अलावे की जवाब दिता है। ਕਿਹੜੇ ਦੁੱਲੇ ਦੀਆਂ ਬਾਂਧਾਂ ਨੇ? ਆਖਿਆ ਬਾਬਾ ਇੱਕੋ ਦੁੱਲਾ, ਫਰੀਦ ਦਾ ਪੁੱਤ, ਸਾਡਾ ਸ਼ਰੀਕ। ਉਹ ਸਾਡਾ ਸ਼ਰੀਕ ਦੁੱਲਾ ਜੈ ਸਾਡੇ ਪਿਓ ਦਾ ਸਿਰ ਵੱਢ ਕੇ ਤੇ ਮੁੰਡਿਆਂ ਵਿੱਚ ਖੇਡੂ ਬਣਾ ਕੇ ਖੇਡਿਆ ਸੀ, ਉਹ ਦੁੱਲਾ। ਲਾਹੌਰੋਂ ਵੀ ਭਾਵੇਂ ਅਗਾਂਹ ਲੈ ਜਾਣ ਸਾਨੂੰ ਕੀ, ਤੂੰ ਆਰਾਮ ਨਾਲ ਬਹੁ ਬਾਬਾ। ਬੁੱਢੇ ਲਾਲ ਖਾਂ ਆਖਿਆ ਕਿਤੇ ਤੁਹਾਡਾ ਜ਼ੋਰ ਪੈ ਜਾਵੇ ਤੇ ਤੁਸੀਂ ਵੀ ਦੁੱਲੇ ਦਾ ਸਿਰ ਵੱਢ ਕੇ ਤੇ ਖਿੱਦੂ ਟੱਲਾ ਖੇਡ ਲੈਣਾ। ਦੁੱਲੇ ਦਾ ਤਾਂ ਕਿਸੇ ਨਾਂ ਨਹੀਂ ਲੈਣਾ, ਇਹ ਬਾਂਧਾਂ ਭੱਟੀਆਂ ਦੀਆਂ ਨੇ। ਓਏ ਅਸੀਂ ਵੀ ਭੱਟੀ ਰਾਜਪੂਤ ਹਾਂ, ਸਾਡੀ ਆਨ ਦਾ ਸਵਾਲ ਏ। ਦੁੱਲੇ ਨਾਲ ਫੇਰ ਨਿਬੜ ਲਾਂਗੇ, ਪਹਿਲਾਂ ਮੁਗਲਾਂ ਨਾਲ ਨਿਬੜ ਲਓ। ਜੇ ਮੁਗਲ ਬਾਂਧਾਂ ਲੈ ਕੇ ਤੇ ਸਾਰੀ ਪਟਿਓੜ ਦਾ ਕੱਖ ਨਹੀਂ ਰਹਿ ਗਿਆ। ਜਨਾਬ ਇੱਥੇ ਪੱਟੀਆਂ ਤੇ ਮੁਗਲਾਂ ਦਾ ਇੱਕ ਜੁੱਧ ਹੋਇਆ। ਮੈਂ ਦੱਸਾਂ ਕਿ ਕਿਵੇਂ ਲੜਾਈ ਹੋਈ ਤੇ ਕਿਵੇਂ ਜ਼ਰਾ ਖੜਾਕ ਹੋਇਆ, ਹਲਾ ਭਾਈ ਦੱਸ ਕਾਂ ਜ਼ਰਾ। ਅੱਜ ਮੁਗਲ ਪਿਆਲੇ ਪੀਂਦੇ, ਬੈਠੇ ਮਤ ਬਣਾ ਕੇ ਕਈ ਨੇ ਖੇਡਾਂ ਖੇਡਦੇ, ਆਪੋ ਆਪ ਸ਼ਤਰੰਜ ਵਿਛਾ ਕੇ ਇੱਧਰ ਪੱਟੀ ਰਾਜਪੂਤੇ, ਇੱਧਰ ਪੱਟੀ ਹੋਏ ਰਾਜਪੂਤੇ। ਅੱਜ ਹੋਏਗਾ ਗਾੜਾ ਜੰਗ, ਹੋਏ ਬੱਲੇ ਬੱਲੇ ਜੰਗ, ਹੋਏ
ਤੇ ਮੁਗਲਾਂ ਦੀ ਜੰਗ ਹੋ ਰਹੀ ਹੈ। ਬੁੱਢਾ ਲਾਲ ਖਾਂ ਵੀ ਲੜ ਰਿਹਾ ਹੈ। ਮਿਰਜ਼ਾ ਨਿਜ਼ਾਮਦੀਨ ਬੇਖਬਰ ਨਸ਼ੇ ਦੀ ਹਾਲਤ ਦੇ ਵਿੱਚ ਸੁੱਤਾ। ਦੁੱਲਾ ਜਵਾਨ ਵੀ ਆ ਵੜਿਆ। ਉਹਨੂੰ ਪਤਾ ਲੱਗਾ ਕਿ ਜਿਹੜਾ ਇਹਨਾਂ ਦਾ ਮੋਹਰੀ ਹੈ ਉਹ ਨਸ਼ੇ ਪੀ ਕੇ ਸੁੱਤਾ ਆਇਆ। ਉਹ ਆਇਆ, ਉਸ ਆ ਕੇ ਤਲਵਾਰ ਨਾਲ ਉਹਦਾ ਖੈਮਾ ਚਾਕ ਕੀਤਾ। ਖੈਮਾ ਚਾਕ ਕਰਕੇ ਤੇ ਉਹਦੀ ਧੌਣ ਤੇ ਤਲਵਾਰ ਦੀ ਨੋਕ ਰੱਖ ਕੇ ਆਖਣ ਲੱਗਾ, ਉੱਠ ਓਏ, ਲੜਨ ਤੇ ਮਰਨ ਵਾਲੇ ਜਵਾਨ ਏਡੀ ਗਹਿਰੀ ਨੀਂਦਰ ਨਹੀਂ ਸੌਂਦੇ। ਉਹ ਆਖਣ ਲੱਗਾ, ਮੂੰਹ ਤੂੰ ਪੱਲਾ ਲਾ ਦੇ ਬੁਜ਼ਦਿਲ। ਉਹ ਆਂਦਾ, ਓਏ ਬੁਜ਼ਦਿਲ, ਸੁੱਤਿਆਂ ਨੂੰ ਮਾਰ ਦੇ, ਮੈਂ ਤੈਨੂੰ ਉਠਾ ਕੇ ਲਲਕਾ ਰਿਹਾ ਹੈ। ਜੇ ਕਿਸੇ ਨੂੰ ਬਾਤ ਮਾਰਨੀ ਆ ਤੇ ਮਾਰ ਲੈ। ਉਹ ਕਹਿੰਦਾ, ਜਿਨ੍ਹਾਂ ਦੀਆਂ ਬਾਹਾਂ ਵਿੱਚ ਜ਼ੋਰ ਹੁੰਦਾ ਉਹ ਕਿਸੇ ਨੂੰ ਬਾਜ ਨਹੀਂ ਮਾਰਦੇ। ਕਹਿੰਦਾ, ਜੇ ਬਾਹਾਂ ਵਿੱਚ ਜ਼ੋਰ ਸੀ ਤੇ ਫੌਜ ਲਿਆਉਣ ਦੀ ਕਿਹੜੀ ਲੋੜ ਸੀ? ਆਖਿਆ, ਇਹ ਗੱਲ ਤੇ ਫਿਰ ਸੰਭਲ ਜਾ। ਆਹ ਸੁਣਨ ਵਾਲਿਓ ਲੋਕੋ, ਮੈਂ ਦੱਸਾਂ ਕਿ ਨਿਜ਼ਾਮ ਦੀ ਉਹਦੀ ਲੜਾਈ ਹੁੰਦੀ ਹੈ ਤਲਵਾਰ ਦੀ, ਤੇ ਸ਼ਹਿਰ ਕੀ ਲਿਖਦਾ ਤੇ ਦੁੱਲੇ ਨੇ ਕਿਵੇਂ ਚੜ੍ਹਾਈ ਕੀਤੀ ਹੈ। ਹਲਾ ਵੀ ਜੱਟਾ ਜ਼ਰਾ ਗੱਡ ਕੇ ਰੱਖ। ਓ ਚੜ ਪਿਆ ਦੁੱਲਾ ਸੂਰਮਾ, ਲੋਕੋ ਰੱਬ ਦਾ ਨਾਮ ਧਿਆ ਓਏ, ਪਜਾਈ ਜ਼ੋਰ ਨਾਲ ਜੱਦੀ ਜੰਗ ਤੇ ਬੜੀ ਆਈ ਆਉਂਦੀ ਘੋੜੀ ਦੁੱਲੇ ਦੀ ਵੇਖ ਕੇ, ਉਹ ਆਉਂਦੀ ਘੋੜੀ ਦੁੱਲੇ ਦੀ ਵੇਖ ਕੇ, ਉਹ ਮਿਰਜ਼ਾ ਸੁੱਤਾ ਉੱਠ ਭੱਜ ਕੇ ਨਦੀ ਦੇ ਪੈਰੀ ਪੈ ਗਿਆ, ਭੱਜ ਕੇ ਨਦੀ ਦੇ ਪੈਰੀ ਪੈ ਗਿਆ। ਓਏ ਅੰਮਾ ਮੇਰੀ ਜਾਨ ਬਚਾਓਏ, ਅੱਗੇ ਪੈਰ ਨੂੰ ਸ਼ੇਰ ਨਹੀਂ ਖਾਉਂਦਾ। ਬੱਚਾ ਸੁਣਿਆ, ਇਹਨੂੰ ਪੁੱਛਣਾ, ਅੱਗੇ ਪੈਰ ਨੂੰ ਸ਼ੇਰ ਨਹੀਂ ਖਾਂਦਾ। ਨਦੀ ਦੁੱਲੇ ਨੂੰ ਦਿੱਤਾ ਸਮਝਾ ਓਏ, ਭਾਈ ਦੁੱਲਾ ਨੇ ਤੇਰਾ ਮਾਰੀਆਂ, ਭਾਈ ਬੱਲੇ ਬੱਲੇ ਮਾਰੀਆਂ, ਭੱਟੀ ਦੁੱਲੇ ਨੇ ਤੇਰਾ ਮਾਰੀਆਂ, ਭਾਈ ਬੱਲੇ ਬੱਲੇ ਮਾਰੀਆਂ, ਅੱਜ ਬਾਂਦਾ ਲਈਆਂ ਉਹ ਜੁੜਾ ਸ਼ੇਰ ਦੁੱਲਿਆ।